ਪੰਜਾਬ ਪੁਲਿਸ ਕੋਂਸਟੇਬਲ ਦਾ ਪੇਪਰ ਦੇਣ ਤੋਂ ਪਹਿਲਾਂ ਵੀਡੀਓ ਜ਼ਰੂਰ ਲਗਾ ਕੇ ਜਾਇਓ। ਇਸ ਵੀਡੀਓ ਅੰਦਰ ਅਸੀਂ GK ਦੇ ਕੁਐਸਚਨਸ ਦੀ ਕੁਇਕ ਰਿਵੀਜ਼ਨ ਕਰਾਂਗੇ। ਪੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ, ਬਾਬਾ ਦੀਪ ਸਿੰਘ ਜੀ ਨਾਲ ਸੰਬੰਧਿਤ MCQ ਪ੍ਰਸ਼ਨ ਇੰਪੋਰਟੈਂਟ ਪੇਪਰ ਵਿੱਚ ਆਉਣ ਵਾਲੇ। ਵੀਡੀਓ ਨੂੰ ਜ਼ਰੂਰ ਲਗਾ ਕੇ ਜਾਇਓ। ਪਹਿਲਾ ਕੁਐਸਚਨ, ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਕਿਹੜੀ ਸੀ? ਚਾਰ ਆਪਸ਼ਨਾਂ ਨੇ, ਆਨੰਦਗੜ੍ਹ, ਸਾਰਾਗੜ੍ਹ, ਲੋਹਗੜ੍ਹ, ਹੋਲਗੜ੍ਹ। ਰਾਈਟ ਆਂਸਰ ਹੈ ਆਪਸ਼ਨ ਨੰਬਰ B, ਲੋਹਗੜ੍ਹ, ਜਿਸ ਨੂੰ ਮੁਖਲਿਸਪੁਰ ਨਾਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਲੋਹਗੜ੍ਹ। ਸੈਕਿੰਡ ਕੁਐਸਚਨ, ਗੁਰਦਾਸ ਨੰਗਲ ਦੀ ਲੜਾਈ ਕਦੋਂ ਹੋਈ? ਕਦੋਂ ਹੋਈ ਸੀ ਗੁਰਦਾਸ ਨੰਗਲ ਦੀ ਲੜਾਈ? 1715 ਈਸਵੀ ਵਿੱਚ। ਗੁਰਦਾਸ ਨੰਗਲ ਦੀ ਲੜਾਈ 1715 ਈਸਵੀ ਵਿੱਚ ਹੋਈ ਸੀ, ਜਿੱਥੇ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ ਗਿਆ ਸੀ। ਤੀਜਾ ਕੁਐਸਚਨ, ਬਾਬਾ ਦੀਪ ਸਿੰਘ ਕਿਹੜੀ ਜੰਗ ਵਿੱਚ ਸ਼ਹੀਦੀ ਪਾ ਗਏ? ਇਹ ਤੁਹਾਡੇ ਲਈ ਹੋਮਵਰਕ ਵਾਲਾ ਕੁਐਸਚਨ ਹੈ, ਕਿਉਂਕਿ ਬਹੁਤ ਹੀ ਸੌਖਾ। ਕਮੈਂਟ ਬੋਕਸ 'ਚ ਮੈਸੇਜ ਕਰਕੇ ਇਹਦਾ ਰਾਈਟ ਆਂਸਰ ਦੱਸੋ, ਕਮੈਂਟ ਬੋਕਸ 'ਚ ਮੈਸੇਜ ਕਰਕੇ। ਫੋਰਥ ਕੁਐਸਚਨ, ਦਮਦਮੀ ਟਕਸਾਲ ਦੇ ਪਹਿਲੇ ਮੁਖੀ ਕੌਣ ਸਨ? ਬਾਬਾ ਦੀਪ ਸਿੰਘ ਜੀ। ਫਿਫਥ ਕੁਐਸਚਨ, ਬੰਦਾ ਸਿੰਘ ਬਹਾਦਰ ਨੂੰ ਸ਼੍ਰੀ ਗੁਰੂ ਗੋਬਿੰਦ ਜੀ ਦਾ ਵਾਰਿਸ ਕੌਣ ਮੰਨਦਾ ਹੈ? ਰਾਈਟ ਆਂਸਰ ਹੈ ਬੰਦਈ ਖਾਲਸਾ, ਆਪਸ਼ਨ ਨੰਬਰ C। ਸਿਕਸਥ ਕੁਐਸਚਨ, ਬਾਬਾ ਦੀਪ ਸਿੰਘ ਜੀ ਨੇ ਬੰਦਾ ਬਹਾਦਰ ਜੀ ਨਾਲ ਮਿਲ ਕੇ ਕਿਹੜੀ ਜੰਗ ਲੜੀ ਸੀ? ਦੋਵਾਂ ਨੇ ਮਿਲ ਕੇ ਸੰਢੋਰਾ ਦੀ ਜੰਗ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਸੈਵਨਥ ਕੁਐਸਚਨ, ਬੰਦਾ ਬਹਾਦਰ ਜੀ ਦੁਆਰਾ ਜਿੱਤੀ ਗਈ ਚੱਪੜਚਿੜੀ ਦੀ ਜੰਗ ਦੀ ਯਾਦਗਾਰ ਵਿੱਚ ਕੀ ਬਣਾਇਆ ਗਿਆ ਹੈ? ਆਪਸ਼ਨ ਨੰਬਰ B, ਫਤਿਹ ਬੁਰਜ, ਜਿਸ ਦੀ ਉਚਾਈ 100 ਮੀਟਰ 328 ਫਿੱਟ ਹੈ, ਯਾਦ ਰੱਖਿਓ। ਨੈਕਸਟ ਕੁਐਸਚਨ, ਬੰਦਈ ਖਾਲਸੇ ਵਾਲੇ ਲਾਲ ਰੰਗ ਦੇ ਕੱਪੜੇ ਪਾਉਂਦੇ ਸਨ ਅਤੇ ਬਾਬਾ ਬੰਦਾ ਜੀ ਨੂੰ ਆਪਣਾ ਗੁਰੂ ਮੰਨਦੇ ਸਨ। ਤੱਤ ਖਾਲਸੇ ਵਾਲੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਮੰਨਦੇ ਸਨ। ਸਭ ਤੋਂ ਇੰਪੋਰਟੈਂਟ ਕੁਐਸਚਨ ਪੇਪਰ ਦੇ ਅੰਦਰ ਆਉਣ ਵਾਲਾ, ਬੰਦਾ ਸਿੰਘ ਬਹਾਦਰ ਨੇ ਸਿੱਕਿਆਂ ਉੱਤੇ ਕੀ ਛਾਪਿਆ? ਸਿੱਕਿਆਂ ਉੱਤੇ ਦੇਗ ਤੇਗ ਦਾ ਨਾਰਾ ਲਿਖਿਆ। ਅਕਾਲ ਸਾਹਿਬ ਦਾ ਨਾਰਾ ਕਿਸਨੇ ਲਿਖਿਆ ਸੀ? ਮਹਾਰਾਜਾ ਰਣਜੀਤ ਸਿੰਘ ਨੇ। ਬੰਦਾ ਸਿੰਘ ਬਹਾਦਰ ਦੇ ਸਾਧੂ ਗੁਰੂ ਦਾ ਨਾਂ ਦੱਸੋ। ਕਿਹੜੇ ਗੁਰੂ, ਜਿਹੜੇ ਸਾਧ ਸੀ ਬੰਦਾ ਸਿੰਘ ਬਹਾਦਰ ਦੇ, ਉਹਨਾਂ ਦਾ ਨਾਂ ਦੱਸਣਾ। ਅਗੋਰਨਾਥ। ਨੈਕਸਟ ਸਭ ਤੋਂ ਇੰਪੋਰਟੈਂਟ ਕੁਐਸਚਨ ਪੇਪਰ ਵਿੱਚ ਆਉਣ ਵਾਲਾ ਕੁਐਸਚਨ,
ਬਾਰਵਾਂ, ਸ਼ਾਸ਼ਲ ਬੇਗ ਬਾਸ਼ਲ ਬੇਗ ਜਲਾਦਾਂ ਨੂੰ ਕਿਹੜੀ ਲੜਾਈ ਵਿੱਚ ਗ੍ਰਿਫਤਾਰ ਕੀਤਾ? ਸਮਾਣਾ ਦੀ ਲੜਾਈ 1709 ਈਸਵੀ ਵਿੱਚ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਬਾਬਾ ਬੰਦਾ ਬਹਾਦਰ ਜੀ ਨੇ ਸਮਾਣੇ ਦੀ ਲੜਾਈ ਵਿੱਚ 1709 ਈਸਵੀ ਵਿੱਚ ਗ੍ਰਿਫਤਾਰ ਕੀਤਾ। ਬਾਕੀ ਸੰਢੋਰੇ ਦੀ ਲੜਾਈ 1710 ਵਿੱਚ ਹੋਈ ਸੀ, ਚੱਪੜਚਿੜੀ ਦੀ 1710, ਲੋਹਗੜ੍ਹ ਦੀ 1710 ਅਤੇ ਕਿਸਦੇ ਖਿਲਾਫ਼ ਕੀਤੀ ਗਈ ਸੀ? ਫਾਰੂਕ ਸ਼ਈਅਰ। ਅਤੇ ਉਦੋਂ ਪੰਜਾਬ ਦਾ ਗਵਰਨਰ ਕੌਣ ਸੀ? ਅਬਦੁਸ ਸਮਦ ਖਾਨ। ਅਬਦੁਸ ਸਮਦ ਖਾਨ